ਅਸਲਾਮ ਵਾਲੇਕਮ ਕੀ ਹਾਲ ਹੈ ਵੀਵਰਸ ਅੱਜ ਮੈਂ ਬਹੁਤ ਪਿਆਰੀ ਔਰ ਖੂਬਸੂਰਤ ਮੱਛੀਆਂ ਦੇ ਵਿਡਿੰਗ ਡ्रेसेस ਲੈ ਕੇ ਆਈ ਆਂ ਸ਼ਾਦੀਆਂ ਤੇ ਪਾਉਣ ਵਾਲੇ ਬਹੁਤ ਖੂਬਸੂਰਤ ਚੱਬਲੇ ਅੱਜ ਮੈਂ ਤੁਹਾਨੂੰ ਤਿੰਨ ਡਰੈਸ ਦਿਖਾਉਂਗੀ ਬਹੁਤ ਹੀ ਖੂਬਸੂਰਤ ਹਸੀਨ ਔਰ ਲਾਜਵਾਬ ਚੈੱਕ ਕਰੋ ਤੁਸੀਂ ਆ ਦੇਖੋ ਇਹਦੇ ਬਾਜ਼ੂਆਂ ਦੇ ਉੱਪਰ ਬੰਚ ਸੈੱਟ ਕੀਤੇ ਆ ਆ ਬਾਜ਼ੂਆਂ ਦੇ ਉੱਪਰ ਅਸੀਂ ਬੰਚ ਸੈੱਟ ਕੀਤੇ ਹੋਏ ਆ ਔਰ ਬੰਚ ਦੇ ਉੱਪਰ ਸਾਰਾ ਮੋਤੀ ਸਿਤਾਰੇ ਦਾ ਕੰਮ ਕੀਤਾ ਹੋਇਆ ਸਾਰੇ ਮੋਤੀ ਸਿਤਾਰੇ ਐਡ ਕੀਤੇ ਹੋਏ ਆ ਔਰ ਆਹ ਇਹਦਾ ਕਫਾ ਕਫ ਦੇ ਉੱਪਰ ਔਰ ਆ ਦੇਖ ਸਟੀਚੇਬਲ ਕਾ ਫਾਇਦਾ ਠੀਕ ਆ ਇਲਾਸਟਿਕ ਡਾਲ ਕੇ ਫਿਰ ਉਹਦੇ ਵਿੱਚ ਅਸੀਂ ਆ ਮੋਤੀ ਸਿਤਾਰੇ ਦਾ ਕੰਮ ਕੀਤਾ ਹੋਇਆ ਕਿੰਨਾ ਹਸੀਨ ਲੁੱਕ ਆ ਰਿਹਾ ਵਾ ਇਸ ਚੱਬਲੇ ਦਾ ਔਰ ਆ ਇਹਦੀ ਨੈਕਲਾਈਨ ਆ ਆ ਇਹਦੀ ਨੈਕਲਾਈਨ ਆ ਦੇਖੋ ਕਿੰਨੀ ਜ਼ਬਰਦਸਤ ਆ ਆ ਬਾਰੀਕ ਮੋਤੀ ਸਿਤਾਰੇ ਦਾ ਇਹਦੇ ਉੱਪਰ ਕੰਮ ਕੀਤਾ ਹੋਇਆ ਆ ਨਗਿਨੇ ਲੱਗੇ ਹੋਇਆ ਔਰ ਬਾਹਰ ਆਊਟਲਾਈਨ ਮੋਤੀ ਸਿਤਾਰੇ ਦੀ ਹੋਈ ਆ ਆ ਚੱਬਲਾਵਾ ਔਰ ਇਹਨੂੰ ਦੇਖੋ ਕਿੰਨੇ ਸਟਾਈਲੋ ਤਰੀਕੇ ਦੇ ਨਾਲ ਇਹਨੂੰ ਆ ਚੁੰਨੜ ਦਾ ਕੰਮ ਇਹਦੇ ਉੱਪਰ ਕੀਤਾ ਹੋਇਆ ਵਾ ਇਹਨੂੰ ਡਬਲ ਫੋਲਡ ਕੀਤਾ ਹੋਇਆ ਵਾ ਘੇਰ ਨੂੰ ਔਰ ਆ ਉੱਪਰ 에 ਇਸੇ ਕੇਰ ਦੀ ਫ੍ਰਿਲ ਬਣਾਈ ਹੋਈ ਹੈ ਇਨਸ਼ਾਅੱਲਾ ਬਹੁਤ ਜਲਦ ਇਹਦੀ ਮੈਂ ਕਟਿੰਗ ਔਰ ਸਟੀਚਿੰਗ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਔਰ ਆਹਾ ਇਹਦਾ ਕੇਰਾ ਔਰ ਕੇਰ ਦੇ نیچے ਸਿਆ ਪੱਟੀ ਦਾ ਕੰਮ ਕੀਤਾ ਹੋਇਆ ਵਾ ਬਸ ਸਿਰਫ ਕੇਰ ਦੇ نیچے ਪੱਟੀ ਹੀ ਲਗਾਈਆ ਕੋਸ਼ ਵੀ ਇਹਦੇ ਚ ਛਣ ਜਾਂ ਲਟਕਣ ਵਗੈਰਾ ਦਾ ਕੰਮ ਨਹੀਂ ਹੋਇਆ ਹੋਇਆ ਆਹਾ ਪਹਿਨਿਆ ਹੋਇਆ ਬਹੁਤ ਖੂਬਸੂਰਤ ਬਹੁਤ ਹਸੀਨ ਲੱਗਦਾ ਵਾ ਆਹਾ 12-13 ਸਾਲ ਦੀ ਬੱਚੀ ਦਾ ਵਾ ਔਰ ਆ ਇਹਦੀ ਬੈਗ ਆ ਇਹਦੀ ਬੈਗ ਦੇ ਉੱਪਰ ਵੀ ਮੋਤੀ ਸਿਤਾਰੇ ਦਾ ਕੰਮ ਹੋਇਆ ਵਾ ਔਰ ਆਹ ਹੁੱਕ ਲਗਾ ਕੇ ਬਟਨ ਲਗਾਏ ਹੋਏ ਆ ਹੁੱਕ ਲਗਾ ਕੇ ਬਟਨ ਅਟੈਚ ਕੀਤੇ ਹੋਏ ਆ ਨਾਲ ਤਾਂ ਕਿ ਇਹਦੀ ਅੱਛੀ ਲੁੱਕ ਆਏ ਔਰ ਬਾਜ਼ੂਆਂ ਦਾ ਕੰਮ ਦੇਖੋ ਤੁਸੀਂ ਇਹਦਾ ਬਾਜ਼ੂਆਂ ਦਾ ਕੰਮ ਕਿੰਨਾ ਹਸੀਨ ਆ ਆ ਦੇਖੋ ਚੈੱਕ ਕਰੋ ਇਹਦੇ ਬਾਜ਼ੂ ਦੇਖੋ ਕਿੰਨੇ ਹਸੀਨ ਬਣੇ ਹੋਏ ਆ ਇਹਦੇ ਬਾਜ਼ੂ ਹੁਣ ਬਹੁਤ ਖੂਬਸੂਰਤ ਇਹਦੇ ਨਾਲ ਇਹਦਾ ਦੁਪੱਟਾ ਵੀ ਬਹੁਤ ਹਸੀਨ ਆ ਹਲਕਾ ਜਿਹਾ ਬਨਾਰਸੀ ਟਾਈਪ ਇਹਦਾ ਦੁਪੱਟਾ ਲਿਆਵਾ ਸੀ ਇਹਦਾ ਦੁਪੱਟਾ ਕਿਉਂਕਿ ਬੱਚੀ ਦਾ ਸੀਗਾ ਫਿਰ ਐਸ ਲਈ ਕੋਈ ਪੱਟੀ ਵਗੈਰਾ ਇਦਾਂ ਦਾ ਕੁਝ ਵੀ ਅਟੈਚ ਨਹੀਂ ਕੀਤਾ ਨਾਲ ਸਿਰਫ ਬਨਾਰਸੀ ਦਾ ਹੀ ਟੱਚ ਦਿੱਤਾ ਵਾ ਇਹਨੂੰ ਦੁਪੱਟੇ ਨੂੰ ਨਾ ਹਲਕਾ ਜਿਹਾ ਬਨਾਰਸੀ ਦਾ ਲੁਕਾਰਿਆ ਵਾ ਸ਼ਾਈਨੀ ਆ ਰਿਹਾ ਵਾ ਔਰ ਬੱਚਿਆਂ ਦੇ ਹਿਸਾਬ ਨਾਲ ਬਹੁਤ ਪਿਆਰਾ ਬਹੁਤ ਖੂਬਸੂਰਤ ਵੈਡਿੰਗ ਤੇ ਪਾਣ ਲਈਏ ਬੱਚੀਆਂ ਦੇ ਇਹ ਬਹੁਤ ਪਿਆਰੇ ਸੂਟ ਆ ਔਰ ਇੰਦਾ ਜਿਹੜਾ ਆਹ ट्राਊਜ਼ਰ ਆਹ ਬਿਲਕੁਲ ਹੀ ਸਾਦਾ ਵਾ ਸਾਦਾ ट्राਊਜ਼ਰ ਆਹ ਸਾਦਾ ਇਹ ਆ ਦੇਖੋ ਆ ਸਾਦਾ ट्राਊਜ਼ਰ ਆਇਦਾ ਆ ਸਾਦਾ ट्राਊਜ਼ਰ ਕਿਉਂਕਿ ਇਹਦੇ ਲਈ ਫਿਰ ਕੁਝ ਇਦਾਂ ਦੇ ਖੂਬਸੂਰਤ ਜਿਹੇ ਚੱਬਲੀਆਂ ਲੀਏ ਫਿਰ ਆਹ ਸਾਦਾ ਹੀ ਅੱਛਾ ਲੱਗਦਾ ਵਾ ਔਰ ਬਿਲਕੁਲ ਹੀ ਐਸੇ ਸਾਈਜ਼ ਦਾ ਦੂਸਰਾ ਬਣਿਆ ਹੋਇਆ ਲੇਕਿਨ ਆ ਸਾਡੀ ਜਿਹੜੀ ਬੱਚੀ ਥੋੜੀ ਚੁਲਬੁਲੀ ਜਈਆ ਉਹਨੂੰ ਇਦਾਂ ਦੀਆਂ ਲਟਕਣ ਲੁਟਕਣ ਬੜੀਆਂ ਪਸੰਦ ਆ ਐਸ ਲਈ ਫਿਰ ਇਹਦੇ ਉੱਪਰ ਅਸੀਂ ਆ ਦੇਖੋ ਛੰ ਦਾ ਕੰਮ ਕੀਤਾ ਆ ਕੁੰਗਰੂਆਂ ਦਾ ਕੰਮ ਕੀਤਾ ਹੋਇਆ ਦੇਖੋ ਕਿੰਨਾ ਹਸੀਨ ਕਿੰਨਾ ਖੂਬਸੂਰਤ ਲੁੱਕ ਆ ਰਿਹਾ ਵਾ ਔਰ ਇਹਦੇ ਬਾਜ਼ੂਆਂ ਤੇ ਉਹੀ ਬੰਚ ਆ ਲੇਕਿਨ ਉਸ ਬੰਚ ਨੂੰ ਰਾਉਂਡ ਦੇ ਵਿੱਚ ਸੈੱਟ ਕੀਤਾ ਹੋਇਆ ਵਾ ਬਾਕੀ ਸੇਮ ਇਸਟਾਈਲ ਆ ਨੈਕਲਾਈਨ ਵੀ ਇਹਦੀ ਸੇਮ ਆ ਔਰ ਨੀਚੋ ਕੇਰ ਵੀ ਇਹਦਾ ਬਿਲਕੁਲ ਸੇਮ ਆ ਆਹ तकरीबन 10 ਸਾਲ ਦੀ ਬੱਚੀ ਦਾ ਵਾ ਇਹਦੀ ਬੈਕ ਸਾਈਡ ਵੀ ਆ ਦੇਖੋ ਇਹਦੀ ਬੈਕ ਸਾਈਡ ਜਿਹੜੀ ਹੈਗੀ ਆ ਇਹ ਵੀ ਸਿੰਪਲ ਹੀ ਆ ਮੋਤੀ ਸਿਤਾਰੇ ਦਾ ਇਹਦੇ ਉੱਪਰ ਕੰਮ ਕੀਤਾ ਹੋਇਆ ਵਾ ਹੁਣ ਆ ਗਿਆ ਸਭ ਤੋਂ ਛੋਟਾ ਚੁੰਨਾ ਮੁੰਨਾ ਸਾਈਜ਼ ਦੇਖੋ ਕਿੰਨਾ ਖੂਬਸੂਰਤ ਲੱਗ ਰਿਹਾ ਵਾ ਇਹਦੇ ਕੇਰ ਨੂੰ ਚੈੱਕ ਕਰੋ ਇਹਦੇ ਕੇ ਨੂੰ ਛਨ ਲਗਾਈ ਆ ਦੇਖੋ ਕਿੰਨੀ ਪਿਆਰੀ ਲੱਗ ਰਹੀ ਆ ਛਨ ਬਹੁਤ ਖੂਬਸੂਰਤ ਲੱਗ ਰਿਹਾ ਵਾ ਛੋਟਾ ਸਾਈਜ਼ ਆ ਲੇਕਿਨ ਦੇਖੋ ਬਣਿਆ ਸੇਮ ਆ ਇਦੀ ਵੀ ਨੈਕਲਾਈਨ ਤੇ ਉਦਾਂ ਹੀ ਕੰਮ ਕੀਤਾ ਹੋਇਆ ਵਾ ਇਹਦੇ ਬਾਜ਼ੂ ਕਿਉਂਕਿ ਬੱਚੀ ਸਾਡੀ ਛੋਟੀ ਆ 8 ਸਾਲ ਦੀ ਬੱਚੀ ਦਾ ਵਾ ਇਹ ਫਿਰ ਇਸ ਲਈ ਇਹਦੇ ਉੱਪਰ ਬੰਚ ਵਗੈਰਾ ਦਾ ਕੰਮ ਨਹੀਂ ਕੀਤਾ ਹੋਇਆ ਔਰ ਇਹਦੇ ਵਿੱਚ ਵੀ ਆ ਦੇਖੋ ਲਾਸਟਿਕ ਆ ਆ ਲਾਸਟਿਕ ਆ ਔਰ ਆ ਦੇਖੋ ਛੰਦਾ ਕੰਮ ਆ ਆਹ ਕੁੰਗਰੂਆਂ ਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਚਬਲਿਆ اور ਇਹਨਾਂ ਦੀ ਬੈਕ ਸਾਈਡ ਤੇ ਫਿਰ ਲਾਜ਼ਮੀ ਹੀ ਕਰੀਦੀ ਹੁੰਦੀ ਆ ਥੋੜੀ ਬਹੁਤ ਡਿਜ਼ਾਈਨ ਕੇ ਮਤਲਬ ਇਹਦਾ ਜਿਹੜਾ ਲੁੱਕ ਆ ਨਾ ਉਹ ਅੱਛਾ ਏ ਆ ਸਾਰਾ ਮੈਂ ਜ਼ੂਮ ਕਰਕੇ ਦਿਖਾਉਂਦੀ ਆ ਸਾਰਾ ਮੋਤੀ ਸਿਤਾਰੇ ਨਗინਿਆਂ ਦਾ ਕੰਮ ਹੋਇਆ ਹੋਇਆ ਵਾ ਬਹੁਤ ਪਿਆਰਾ ਬਹੁਤ ਹਸੀਨ ਮੈਂ ਇਹਨਾਂ ਦੀ ਪਾਈ ਹੋਈ ਲੁੱਕ ਦਿਖਾਉਂਦੀ ਆ ਬਹੁਤ ਖੂਬਸੂਰਤ ਏ ਇਸ ਚਬਲਿਆ ਇਹ ਤਿਆਰ ਹੋ ਕੇ ਬਹੁਤ ਪਿਆਰੀਆਂ ਸਾਡੀਆਂ ਬੱਚੀਆਂ ਲੱਗਦੀਆਂ ਵਾ ਮਾਸ਼ਾਅੱਲਾ ਸ਼ਾਦੀ ਚ ਬਿਲਕੁਲ ਅਲੈਦਾ ਹੀ ਲੁੱਕ ਬੱਚੀਆਂ ਦਾ ਨਜ਼ਰ ਆਂਦਾ ਕਿਉਂਕਿ ਯੂਨਿਕ ਸਟਾਈਲ ਉਹ ਸੂਟ ਆ ਪਹਿਨੇ ਹੋਏ ਬਹੁਤ ਹਸੀਨ ਲੱਗਦੇ ਆ ਤੇ ਸਾਡੀ ਜਿਹੜੀ ਬੱਚੀ ਆ ਨਾ ਛੋਟੀ ਬਹੁਤ ਪਿਆਰੀ ਆ ਗੁਲਗੁਲੀ ਜਈ ਮਾਸ਼ਾਅੱਲਾ ਬਹੁਤ ਸੋਹਣੀ ਆ ਉਹਨੂੰ ਤੇ ਆ ਪਾਇਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਬਹੁਤ ਸਾਰੀਆਂ ਦੁਆਵਾਂ ਜੀ ਯਾਦ ਰੱਖਿਓ ਇਨਸ਼ਾਅੱਲਾ ਨੈਕਸਟ ਵੀਡੀਓ ਦੇ ਨਾਲ ਤੁਹਾਡੇ ਕੋਲ ਹਾਜ਼ਰ ਆਉਂਗੀ ਮੇਰਾ ਚੈਨਲ ਲਾਈਕ ਔਰ ਸਬਸਕ੍ਰਾਈਬ ਕਰੋ ਇਨਸ਼ਾਅੱਲਾ ਨਿਊ ਨਿਊ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਹੁਣ ਮੈਂ ਇਹਦੀ ਪਾਈ ਹੋਈ ਲੁੱਕ ਤੁਹਾਨੂੰ ਦਿਖਾਉਂਦੀ ਹਾਂ ਅੱਲਾ ਹਾਫਿਜ਼